ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਭੈਣੀ ਖੁਰਦ ਤੇ ਮੁਹੰਮਦ ਨਗਰ, ਮਰੇਲਕੋਟਲੇ ਦੇ ਬਿਲਕੁਲ ਨੇੜ ਆ ਗਿਆ। ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਮਰੇਲਕੋਟਲੇ ਤੋਂ, ਧੂਰੀ ਤੋਂ ਮੇਰਾ ਖਿਆਲ ਆ 10 ਤੋਂ 15 ਕਿਲੋਮੀਟਰ ਹੈ। ਬਾਕੀ ਗੱਲਬਾਤ ਕਰਵਾ ਦੂੰਗਾ ਬਾਈ ਨਾਲ, ਜਿਹੜਾ ਮੇਨ ਸੱਜਣਾ ਉਹ ਬਾਈ ਕਿਤੇ ਗਿਆ ਹੋਇਆ, ਤੇ ਡਿਟੇਲ ਇਹਨਾਂ ਦੀ ਬਾਈ ਦੱਸ ਦੂਗਾ ਤੇ ਨੰਬਰ ਬਾਈ ਦਾ ਮੈਂ ਵੀਡੀਓ 'ਚ ਲਾ ਦੂੰਗਾ। ਰੇਟ ਵਾਲੀ ਗੱਲਬਾਤ ਬਾਈ ਨਾਲ ਕਰ ਲਿਓ। ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ, ਘਰੇਲੂ ਪਸ਼ੂ ਨੇ, ਤੇ ਬਾਈ ਹੋਰਾਂ ਦਾ ਜਾਣ ਦਾ ਚਲੋ ਸਬੱਬ ਕਿਸੇ ਬੰਨੇ ਬਣ ਗਿਆ, ਤਾਂ ਕਰਕੇ ਬਾਈ ਕਹਿੰਦਾ ਸਾਰੇ ਪਸ਼ੂ, ਤਿੰਨੇ ਪਸ਼ੂ ਸੇਲ ਕਰਨੇ ਨੇ। ਇੱਕ ਤਾਂ ਆਹ ਝੋਟੀ ਹੈ ਤੇ ਇੱਕ ਕੱਟਾ ਇਹਦਾ ਪਹਿਲੇ ਸੂਏ ਦਾ, ਤੇ ਇੱਕ ਆਹ ਵੱਡੀ ਮੱਝ ਆ ਗਈ, ਇਹ ਮਿਲਦੀ ਆ ਮੂੜੇ ਤੇ, ਇੱਕ ਬਾਲਟੀ ਆ ਗਈ ਫੁੱਲ ਓਕੇ, ਜਿਵੇਂ ਪੂੰਜੜ ਵੀ ਜੈੱਡ ਬਲੈਕ ਆ ਗਿਆ, ਬਾਕੀ ਥੱਲੇ ਦੀ ਸਾਫ ਆ, ਤੇ ਨਾਲ ਉਹ ਕੱਟੀ ਆ ਗਈ ਝੋਟੀ ਦੇ। ਝੋਟੀ ਗੱਬਣ ਵੀ ਆ ਕੁਛ ਟਾਈਮ ਦੀ, ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ। ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਈਏ। ਆ ਜਾਓ ਜੀ। ਹਾਂਜੀ, ਨਾਮ ਦੱਸ ਦਿਓ ਬਾਈ। ਜਗਸੀਰ ਹੈ ਜੀ ਨਾਮ। ਨਾਮ ਜਗਸੀਰ ਸਿੰਘ। ਹਾਂ, ਤੇ ਏਰੀਆ ਕਿਹੜਾ ਹੈਗਾ ਬਾਈ ਇਹ? ਏਰੀਆ ਛੋਟੀ ਭੈਣੀ ਮੁਹੰਮਦ ਨਗਰ। ਛੋਟੀ ਭੈਣੀ, ਕਹਿ ਲਈਏ ਭੈਣੀ ਖੁਰਦ ਮੁਹੰਮਦ ਨਗਰ, ਹੈ ਨਾ। ਹਾਂ ਅਮਰੇਲਕੋਟਲੇ ਤੋਂ ਜਦੋਂ ਧੂਰੀ ਵੱਲ ਆਉਂਦੇ ਆ, ਮੇਰਾ ਖਿਆਲ ਵੀ ਮੇਨ ਹਾਈਵੇ ਤੋਂ 2 ਕਿੱਲੇ ਹਟਵੀਂ ਆਪਣਾ ਮਕਾਨ ਆ ਗਿਆ, ਹਾਂ ਹੈ ਜੀ, ਨਾ। ਹਾਂ ਹਾਂ ਜੀ। ਆ ਨੰਬਰ ਬਾਈ ਦਾ ਲਾ ਦੂੰਗਾ ਮੈਂ ਸਕਰੀਨ ਤੇ, ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ, ਉਹ ਤੋਂ ਗੱਲਬਾਤ ਕਰ ਲਿਓ। ਤੇ ਝੋਟੀ ਤੋਂ ਕਰ ਲਈਏ ਸ਼ੁਰੂ ਫਿਰ ਤੋਰ ਦੇ ਖੋਲ ਕੇ। ਹਾਂ ਆ ਪਹਿਲਾਂ ਤਾਂ ਸਿੰਗੀ ਸੁੰਗੀ ਕਰਾ ਦੇ, ਗਰੀ ਚੈੱਕ ਇੱਕ ਬੰਨੇ ਹੋਈ ਬਾਈ, ਮਾੜਾ ਜਿਹਾ ਫੇਸ ਕੁਆਲਿਟੀ ਤੇ ਮਾਰ ਦੇ। ਸਿੰਗ ਆ ਗਿਆ ਜਮਾ ਬੰਦ, ਸ਼ਕੀਨ ਫੁੱਲ ਆ ਗਈ, ਕੱਦ ਬੈੱਡ ਵੀ ਫੁੱਲ ਵੱਡਾ, ਤੇ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ, ਤੇ ਸੂਈ ਮੇਰਾ ਖਿਆਲ ਆ ਜਿਵੇਂ ਬਾਈ ਨੇ ਦੱਸਿਆ ਫੋਨ ਤੇ, 4 ਸਾਢੇ 4 ਮਹੀਨੇ ਦੇ ਏੜ ਗੇੜ ਹੋ ਗਏ ਨੇ, ਹਨਾ। ਹਾਂ ਹਾਂ ਤੋਰ ਦੇ ਬਾਈ ਖੋਲ ਕੇ। 4 ਸਾਢੇ 4 ਮਹੀਨਿਆਂ ਦੀ ਸੂਈ ਆ, ਨਾਲ ਇਹਦੇ ਕੱਟੀ ਆ ਮਿਲਦੀ ਕੱਟੀ ਤੇ ਆ, ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਕੱਟੀ ਵੀ ਸੱਜਣੋ ਚੰਗੀ ਆ। ਤੇ ਲੈ ਕੇ ਜਿਵੇਂ ਬਾਈ ਨੇ ਮੈਨੂੰ ਫੋਨ ਤੇ ਗੱਲ ਹੋਈ ਸੀ ਵੀ ਬਾਈ ਕਹਿੰਦਾ ਆਪਾਂ ਦੋਨੇ ਪਸ਼ੂ ਹਰਿਆਣੇ 'ਚੋਂ ਲੈ ਕੇ ਆਏ ਆ, ਤੇ ਇੱਥੋਂ ਬਾਡੀ ਦੇਖ ਸਕਦੇ ਹੋ, ਕੱਦ ਵੀ ਫੁੱਲ ਵੱਡਾ ਆ ਗਿਆ, ਤੇ ਸਿੰਗ ਵੀ ਆਪਾਂ ਕਹਿ ਸਕਦੇ ਹਾਂ ਜਮਾਂ ਹੀ ਬੰਦ ਆ ਗਿਆ, ਰਿੰਗ ਸਿੰਗ ਦੇ ਵਿੱਚ ਆ ਗਿਆ। ਤੇ ਸਿੰਗ ਆ ਗਿਆ ਸੱਜਣੋ ਬੰਦ, ਕੱਦ ਆ ਗਿਆ ਬਾਈ ਇਹਦਾ ਫੁੱਲ ਵੱਡਾ। ਘਰੇਲੂ ਪਸ਼ੂ ਨੇ ਕਈ ਵਾਰੀ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਸਮਾਨ ਤੋਂ ਵੀ ਡਰ ਜਾਂਦੇ ਨੇ, ਕੱਦ ਕਾਠ ਵਾਲੇ ਪੱਖ ਤੋਂ ਮਾਰ ਨਹੀਂ ਖਾਂਦੀ, ਸਿੰਗ ਵਾਲੇ ਪੱਖ ਤੋਂ, ਬਿਊਟੀ ਵਾਲੇ ਪੱਖ ਤੋਂ, ਤੇ ਚਵਾਈ ਦੀ ਫੋਕੀ ਆ ਬਾਈ। ਹਾਂ ਜੀ, ਚਵਾਈ ਵੀ ਚਵਾਈ ਪੂਰੀ ਦੀ ਓਕੇ। ਟਾਇਟ ਤਾਂ ਨਹੀਂ? ਨਹੀਂ ਨਾ, ਪੂਰੀ ਸਰਲਾ ਓਕੇ। ਚਿੱਟਾ ਕੋਈ? ਨਹੀਂ ਨਾ, ਤੇ ਦੁੱਧ ਜਮੀ ਕਿੰਨਾ ਹਾਜ਼ਰ ਆ ਬਾਈ ਹੁਣ? ਹੁਣ ਤਾਂ ਜੀ 7 ਕੇ ਦਿੰਦੀ ਹੈ ਜੀ। 7 ਕਿਲੋ ਦੋਨੇ ਟਾਈਮ? ਹਾਂ ਜੀ। ਮਿਲਦੀ ਬੱਚੇ ਤੇ ਆ? ਹਾਂ ਜੀ, ਬੱਚੇ ਦੀ ਮਿਲਦੀ। ਆ ਮਿਲਦੀ ਆ ਬੱਚੇ ਤੇ, ਉਹ ਲੰਬੀ ਲੰਬੀ ਬਹੁਤ ਆ, ਕਾਠ ਵਾਲੀ ਝੋਟੀ ਆ ਗਈ ਪੂਰੀ। ਆ ਸਿੰਗ ਆ ਗਿਆ ਜਿਵੇਂ ਬੰਦ, ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਣਵਾਇਆ ਨਹੀਂ ਹੋਇਆ, ਮੋਡੀਫਾਈ ਨਹੀਂ ਕਰਿਆ ਆ ਸਿੰਗ ਕਿਤੋਂ ਵੀ। 7 ਕਿਲੋ ਦੁੱਧ ਆ। ਗੱਬਣ ਕਿੰਨੇ ਟਾਈਮ ਦੀ ਦੱਸਿਆ ਬਾਈ? ਗੱਬਣ 4 ਕੁ ਦੀ ਆ ਜੀ। ਵੀ 4 ਦੀ ਤਾਂ ਸੂਈ ਦੱਸਿਆ ਬਾਈ ਨੇ, 4 ਸਾਢੇ 4 ਨੇ, ਮੇਰਾ ਖਿਆਲ ਆ 1.5 ਮਹੀਨੇ ਦੀ ਸੱਜਣੋ ਗੱਬਣ ਆ ਝੋਟੀ ਇਹ, ਪੂਰੇ 1.5 ਕੁ ਮਹੀਨੇ ਦੀ ਗੱਬਣ ਹੈ। ਬਾਕੀ 5-7 ਦਿਨਾਂ 'ਚ ਚੈੱਕ ਵੀ ਹੋ ਜੂਗੀ, ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਬਾਈ ਤੋਂ ਲੈ ਲਿਓ, ਫੋਨ ਤੇ ਹੋ ਜੂ ਗੱਲਬਾਤ। ਜਿੱਦਾਂ ਬਾਈ ਨੇ ਮੈਨੂੰ ਦੱਸਿਆ ਵੀ 1.5 ਮਹੀਨੇ ਦੀ ਗੱਬਣ ਹੈ ਇਸ ਟਾਈਮ, ਤੇ ਉਹ ਨਾਲ ਇਹਦੇ ਕੱਟੀ ਆ, ਗਹਿਰੀ ਕੱਟੀ ਦੇ ਇੱਕ ਵਾਰੀ ਕੈਮਰਾ ਫੇਰ ਮਾਰ ਦੇ। ਮਿਲਦੀ ਬੱਚੇ ਤੇ ਆ ਬੱਚਾ, ਬਾਈ ਕਹਿੰਦਾ ਆਪਾਂ ਨਾਲ ਹੀ ਦੇਣਾ ਇਹਦਾ। ਤੇ 2 ਨੰਬਰ ਤੇ ਆ ਗਿਆ ਕੱਟਾ, ਇਹ ਵੀ ਇਸੇ ਝੋਟੀ ਦਾ ਕੱਟਾ ਪਹਿਲੇ ਸੂਏ ਦਾ, ਤੇ ਕੱਦ ਕਾਠ ਚੰਗਾ, ਤੇ ਬਾਕੀ ਟੈਸਟੀਕਲਾਂ ਵਾਲੇ ਪੱਖ ਤੋਂ ਬਿਲਕੁਲ ਸਾਫ਼ ਆ ਗਿਆ, ਤੇ ਉਧਰੋਂ ਮਾਰ ਨਹੀਂ ਖਾਂਦਾ। ਜਿਵੇਂ ਦੁੱਧ ਇਹਦਾ ਤਾਜ਼ੀ ਦਾ ਬਾਈ ਨੇ ਦੱਸਿਆ 14 ਕਿਲੋ, ਦੂਜੇ ਸੂਏ ਦਾ ਵੀ ਜੈਤ ਕੀ ਆਪਾਂ ਗੱਲ ਕਰ ਲਈਏ ਵੀ ਝੋਟੀ 16-17 ਕਿਲੋ ਦੁੱਧ ਪਾਊਗੀ, ਕਿਉਂਕਿ 17-18 ਕਿਲੋ ਜੇ ਜੈਨੂਅਨ ਦੁੱਧ ਹੋਵੇ, ਜੈਨੂਅਨ ਦੁੱਧ ਬਹੁਤ ਹੋ ਜਾਂਦਾ। ਜਿਵੇਂ ਬਾਈ ਨੇ ਦੱਸਿਆ ਵੀ ਆਪਣੀ ਸੇਵਾ ਜਿਹੜੀ ਬਾਈ ਕਹਿੰਦਾ ਨੋਰਮਲ ਨੋਰਮਲ ਜੀ ਹੈ, ਕੋਈ ਬਾਹਲੀ ਜ਼ਿਆਦਾ ਨਹੀਂ ਕਹਿ ਸਕਦੇ, ਉਹ ਤੇ ਵੀ ਬਾਈ ਕਹਿੰਦਾ ਨੇ 14 ਕਿਲੋ ਪਾਇਆ। ਤੇ ਇਹ ਕੱਟਾ ਪਹਿਲੇ ਸੂਏ ਦਾ ਮੱਝ ਦੇ ਨਾਲ ਖੜੇ ਨੂੰ ਦਿਖਾ ਦੇ, ਗਰੀ ਕੱਦ ਫੁੱਲ ਕਰੂਗਾ। ਬਾਕੀ ਇਹਦੇ ਸੀਮਨ ਦੀ ਡਿਟੇਲ ਬਾਈ ਨੂੰ ਪੁੱਛ ਲਿਓ, ਇਹ ਵੀ ਬਾਈ ਕਹਿੰਦਾ ਫੋਰ ਸੇਲ ਹੈ। ਇਹ ਆਪਾਂ ਤੁਹਾਨੂੰ ਖੜਾ ਦਿਖਾ ਦਾਂਗੇ, ਸਮੇਂ ਪਲਿਆ ਚੰਗਾ, ਕੱਦ ਕਾਠ ਵਾਲੇ ਪੱਖ ਤੋਂ ਚੰਗਾ। ਤੇ ਇੱਕ ਬਾਈ ਕੋਲੇ ਆ ਮੱਝ ਹੈ, ਥੱਲੇ ਦੀ ਆ ਗਈ ਜਮਾਂ ਸਾਫ਼, ਥੱਲਿਓਂ ਤਾਂ ਐਂ ਲੱਗਦਾ ਤੁਹਾਨੂੰ ਜਿਵੇਂ ਹੁਣ ਵੀ ਇਹ ਤਾਜ਼ੀ ਹੋਵੇ। ਤੇ ਬਾਕੀ ਜਿਹੜਾ ਸਮਾਂ ਹੈਗਾ ਦੁਪਹਿਰ ਦਾ, ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ
ਇਹ ਮੀਣੀਆਂ 'ਚ ਆ ਗਈ, ਜਿਵੇਂ ਇੱਕ ਸਿੰਘ ਮੀਣਾ ਆ ਗਿਆ, ਇੱਕ ਥੋੜ੍ਹਾ ਢੈਲਾ ਆ ਗਿਆ ਇਹਦਾ, ਅਤੇ ਆ ਗਈ ਸੱਜਣੋ ਫੁੱਲ ਵਜਨ ਵਜੂਦ ਵਾਲੀ ਮੱਝ ਆ ਗਈ, ਫੁੱਲ ਵੱਡੀ ਸੂਆ ਇਹ ਤਕਰੀਬਨ ਚੌਥਾ ਸੂਈ ਹੋਈ ਆ, ਅਤੇ ਪੂੰਜੜ ਤੱਕ ਆ ਗਈ ਜੈੱਡ ਬਲੈਕ, ਅਤੇ ਥੱਲਿਓਂ ਗੇਰਾਂ ਗੇਰੀ ਹੋਰ ਮਾਰਦੇ ਕੈਮਰਾ, ਕਿਉਂਕਿ ਦੁਪਹਿਰ ਦਾ ਟਾਈਮ ਆ, ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ। ਗੱਲ ਆਪਣੀ ਬਾਈ ਨਾਲ ਮੌਕੇ 'ਤੇ ਹੋਈ ਆ, ਕੋਈ ਪਸ਼ੂ ਛੱਡਿਆ ਨਹੀਂ ਹੋਇਆ, ਕੋਈ ਇਹਨਾਂ ਦੀ ਚਬਾਈ ਨਹੀਂ, ਜੇ ਕਹਿ ਲਈ ਵੀ ਆਪਾਂ ਸੰਦੇਹਾਂ ਚਬਾਈ ਹੋਈ ਹੋਈ ਆ, ਅਤੇ ਬਾਡੀ ਵਾਲੀ ਆ ਗਈ ਬਾਈ ਤੋਰੀ ਖੋਲ੍ਹ ਕੇ, ਆਹ ਬੂਹਾ ਲਾ ਦੀ ਬਾਈ ਤੋਰਦਿਆਂ ਇਹਨੂੰ, ਇਹਦਾ ਸੂਆ ਆ ਗਿਆ ਚੌਥਾ, ਤੇ ਸੂਈ ਤਕਰੀਬਨ ਕਿੰਨੇ ਕੁ ਟਾਈਮ ਦੀ ਦੱਸਿਆ ਬਾਈ ਇਹ ਸੂਆ ਕਿੰਨੇ ਕੁ ਟਾਈਮ ਦਾ ਹੋਊ ਇਹਦਾ? 3 ਮਹੀਨਿਆਂ ਦੇੜ ਗੇੜਾ ਆ ਲੈ ਚਲਾ ਇਹਨੂੰ, ਸੂਆ ਇਹਦਾ ਹੈਗਾ 3 ਮਹੀਨਿਆਂ ਦਾ, ਤੇ ਬੱਚਾ ਇਹਦਾ ਹੈ ਨੀ ਇਸ ਵਾਰੀ, ਇਹ ਮਿਲਦੀ ਆ ਮੂਹਰੇ ਤੇ ਮਿਲਦੀ ਆ ਸੱਜਣੋ ਬਿਲਕੁਲ ਠੰਡੀ ਸੀਲ ਆ, ਜਿਵੇਂ ਤੁਹਾਨੂੰ ਦੱਸਿਆ ਵੀ ਬਾਡੀ ਵਾਲੇ ਪੱਖ ਤੋਂ ਖਾਣ ਲੇਵੇ ਵਾਲੇ ਪੱਖ ਤੋਂ, ਤੇ ਤਾਜ਼ੀ ਦਾ ਰਿਕਾਰਡ ਆ ਜਿਹੜਾ ਇਹਦਾ, ਬਾਈ ਕਹਿੰਦਾ ਤਾਜ਼ੀ ਦਾ ਰਿਕਾਰਡ ਇਹਦਾ, ਐਂ ਮੰਨ ਲਓ ਵੀ 15-16 ਕਿਲੋ ਦਾ ਰਿਕਾਰਡ ਆ ਝੋਟੀ ਦਾ ਤਾਜ਼ੀ ਦਾ, ਕੱਦ ਕਾਠ ਵਾਲੇ ਮਾਮਲੇ 'ਚ ਨਹੀਂ ਮਾਰ ਖਾਂਦੀ, ਬਾਡੀ ਵਾਲੇ ਮਾਮਲੇ 'ਚ, ਤੇ ਆਰਡਰ ਜਦੋਂ ਤਾਜ਼ੀ ਬਣਾਉਂਦੀ ਆ ਤੇ ਐਨ ਬਣਾਉਂਦੀ ਆ ਜਮਾਂ ਫਿਕਸ ਪ੍ਰੋਪਰ, ਆਪਾਂ ਕਹਿ ਸਕਦੇ ਹਾਂ ਪੰਜੇ ਕੱਕਿਆਂ 'ਚ ਕਸਿਆਰ ਕਹਿ ਸਕਦੇ ਹਾਂ, ਜਿਵੇਂ ਆਹ ਸਿੰਘਾ ਉਰਲਾ ਇਹ ਢੈਲਾ ਆ ਗਿਆ, ਦੇਖੋ ਆਪਾਂ ਮੀਣੀਆਂ 'ਚ ਲਾ ਲਿਓ ਇਹਨੂੰ, ਢੈਲੀਆਂ 'ਚ ਲਾ ਲਿਓ, ਅਤੇ ਬਾਡੀ ਵਾਲੇ ਪੱਖ ਤੋਂ ਬਹੁਤ ਚੰਗੀ ਆ, ਥੱਲੇ ਦੀ ਬਹੁਤ ਸਾਫ਼ ਆ ਜਿਹੜੀ ਮੇਨ ਗੱਲ ਹੈ, ਚਬਾਈ ਵਾਲੇ ਪੱਖ ਤੋਂ ਜਿਵੇਂ ਬਾਈ ਨੇ ਦੱਸਿਆ ਵੀ ਦੋਵੇਂ ਝੋਟੀਆਂ ਦਾ ਕੋਈ ਛੜਲਾ ਛਿੱਟਾ ਨਹੀਂ ਹੈਗਾ, ਨਾ ਚਬਾਈ ਵਾਲੇ ਪੱਖ ਤੋਂ ਦੋਵਾਂ ਝੋਟੀਆਂ 'ਚ ਬਾਈ ਕਹਿੰਦਾ ਕੋਈ ਝੋਟੀ ਟੈਟ ਆ ਹੋਈ ਬੰਨੇ ਬਾਈ, ਇੱਥੋਂ ਥੱਲੇ ਗੇਰਾਂ ਗੇਰੀ ਹੋਰ ਮਾਰਦੀ ਕਹਿੰਦਾ, ਕਿਉਂਕਿ ਮੇਨ ਪਸ਼ੂ ਦੀ ਕੁਆਲਿਟੀ ਥੱਲੇ ਦੀ ਹੁੰਦੀ ਆ, ਸਭ ਤੋਂ ਮੇਨ ਕੁਆਲਿਟੀ ਆ ਜਿਹੜੀ, ਥਣ ਵੀ ਇਕੱਲਾ ਇਕੱਲਾ ਲੱਗਿਆ, ਅਤੇ ਬਾਡੀ ਵਾਲੇ ਪੱਖ ਤੋਂ ਵੀ ਯਾਰ ਝੋਟੀ, ਐਂ ਮੰਨ ਲਓ ਬਰੀਡਿੰਗ ਦੇ ਮਾਮਲੇ ਨੂੰ ਇਹ ਝੋਟੀ ਬੈਸਟ ਰਹੂਗੀ, ਅਤੇ ਇਹਨੂੰ ਤੁਸੀਂ 10 ਸੂਏ ਚੋਲਿਓ ਚੰਗੀ ਖੁਰਾਕ ਪਾ ਕੇ, ਇਹਨੇ ਦੁੱਧ ਦਿੰਦੇ ਰਹਿਣਾ, ਅਤੇ ਬਾਕੀ ਜਾਨਵਰ ਬਾਈ ਦੇ ਦੋਈ ਜਿਵੇਂ ਦੱਸੇ ਨੇ ਬਾਈ ਨੇ ਵੀ ਚੰਗੇ ਦੁੱਧ ਵਾਲੇ ਨੇ, ਫਿਲਹਾਲ ਇਹ 3 ਪਸ਼ੂ ਬਕਾਊ ਨੇ, ਨੰਬਰ ਬਾਈ ਦਾ ਵੀਡੀਓ 'ਚ ਚੱਲਦਾ, ਪਿੰਡ ਭੈਣੀ ਖੁਰਦ ਮੁਹੰਮਦ ਨਗਰ, ਅਤੇ ਜ਼ਿਲ੍ਹਾ ਮਰੇਲਕੋਟ ਦਾ ਹੀ ਆ, ਕਿਉਂਕਿ ਮਰੇਲਕੋਟਲੇ ਤੋਂ 5 ਕਿਲੋਮੀਟਰ ਦੂਰ ਆ, ਜਿਹੜੇ ਵੀ ਭਰਾ ਨੂੰ ਇਹ 3 ਪਸ਼ੂ ਪਸੰਦ ਆਉਣਗੇ, ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜ ਆ ਕੇ ਚੈੱਕ ਕਰਕੇ ਲੈ ਜਾਇਓ, ਧੰਨਵਾਦ ਜੀ।